ਜਿਹੜੀ ਜੇਬ ਹੈ ਲੋਕਾਂ ਦੀ ਜਾਂ ਆਮਦਨੀ ਹੈ ਜਿਹੜੀ ਥੋੜ੍ਹੀ ਬਹੁਤ, ਉਹ 80% ਤੋਂ ਉੱਪਰ ਜਿਹੜੀ ਆਮਦਨੀ ਹੈ ਬਿਜਲੀ ਦੇ ਬਿੱਲਾਂ 'ਚ ਚਲੀ ਜਾਂਦੀ ਹੈ। ਸੋ ਪ੍ਰਾਈਵੇਟ ਸੈਕਟਰ ਬਿਜਲੀ ਵਾਲਿਆਂ ਨਾਲ ਕੈਪਟਨ ਸਾਹਿਬ ਸੁਖਬੀਰ ਬਾਦਲ ਮਿਲੇ ਹੋਏ ਨੇ। ਅਸੀਂ ਤਾਂ ਕਿਹਾ ਕਿ ਸਪੀਕਰ ਇਸ ਤਰ੍ਹਾਂ ਕਿਉਂ ਕਰ ਰਿਹਾ ਕਿ ਫੂਲਕਾ ਸਾਹਿਬ ਦਾ ਅਸਤੀਫਾ ਮਨਜ਼ੂਰ ਕਰ ਲਿਆ, ਦੂਜਿਆਂ ਨੇ ਕਿਉਂ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ 'ਚ ਮਹਿੰਗੀ ਬਿਜਲੀ ਦਾ ਮੁੱਦਾ ਚੁੱਕਿਆ। ਇਸੇ ਤਹਿਤ ਮਾਨਸਾ 'ਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਬਿੱਲਾਂ ਤੋਂ ਨਿਜ਼ਾਦ ਦਿਲਵਾਉਣ ਦੇ ਲਈ ਬਿਜਲੀ ਅੰਦੋਲਨ ਤਹਿਤ ਰੋਸ ਮਾਰਚ ਕੀਤਾ ਹੈ। ਇਸ ਮੌਕੇ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ, ਜਦਕਿ ਦਿੱਲੀ ਸਰਕਾਰ ਬਿਜਲੀ ਖਰੀਦ ਕੇ ਵੀ ਸਸਤੀ ਬਿਜਲੀ ਦੇ ਰਹੀ ਹੈ, ਤਾਂ ਫਿਰ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਕਿਉਂ ਜ਼ਿਆਦਾ ਨੇ, ਜਿਸ ਦੇ ਚੱਲਦੇ ਲੋਕਾਂ ਦੀ 80% ਕਮਾਈ ਬਿਜਲੀ ਵਿੱਚ ਹੀ ਚਲੀ ਜਾਂਦੀ ਹੈ। ਮਾਨ ਨੇ ਸਾਬਕਾ ਅਕਾਲੀ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਨਾਲ 21 ਸਾਲ ਦਾ ਐਗਰੀਮੈਂਟ ਕੀਤਾ ਸੀ, ਜਿਸ ਵਿੱਚ ਥਰਮਲ ਪਲਾਂਟ ਤੋਂ ਬਿਜਲੀ ਲਓ ਜਾਂ ਨਾ ਲਓ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਹਰ ਸਾਲ 2800 ਕਰੋੜ ਦੇਣੇ ਹੀ ਪੈਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਕੰਮ ਦੀ ਸ਼ੁਰੂਆਤ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ, ਪਰ ਇਸ ਨੂੰ ਹੋਰ ਵਧਾ ਫਲਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਦੇਖੋ ਜੀ, ਜੋ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਹਾਹਾਕਾਰ ਮੱਚੀ ਪਈ ਹੈ, ਮਤਲਬ ਜਿਹੜੀ ਜੇਬ ਹੈ ਲੋਕਾਂ ਦੀ ਜਾਂ ਆਮਦਨੀ ਹੈ ਜਿਹੜੀ ਥੋੜ੍ਹੀ ਬਹੁਤ, ਉਹ 80% ਤੋਂ ਉੱਪਰ ਜਿਹੜੀ ਆਮਦਨੀ ਹੈ ਬਿਜਲੀ ਦੇ ਬਿੱਲਾਂ 'ਚ ਚਲੀ ਜਾਂਦੀ ਹੈ, ਜਦਕਿ ਬਿਜਲੀ ਪੰਜਾਬ ਸਰਕਾਰ ਬਣਾ ਰਹੀ ਹੈ, ਦਿੱਲੀ ਦੀ ਸਰਕਾਰ ਬਿਜਲੀ ਖਰੀਦ ਰਹੀ ਹੈ, ਤਾਂ ਦੇਸ਼ 'ਚ ਸਭ ਤੋਂ ਸਸਤੀ ਬਿਜਲੀ ਜੇ ਦਿੱਲੀ ਖਰੀਦ ਕੇ ਵੀ ਦੇ ਸਕਦੇ ਹੈ, ਤਾਂ ਦੇਸ਼ 'ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਕਿਉਂ ਹੈ, ਜਦਕਿ ਸਾਡੇ ਕੋਲ ਡੈਮ ਨੇ, ਸਾਡੇ ਕੋਲ ਥਰਮਲ ਪਲਾਂਟ ਨੇ। ਸੋ ਇਹ ਜਿਹੜੇ ਪੁਰਾਣੀ ਸਰਕਾਰ ਦੇ ਕੀਤੇ ਹੋਏ ਜਿਹੜੇ ਭ੍ਰਿਸ਼ਟਾਚਾਰ ਹੈ ਉਹ ਹੁਣ ਸਾਹਮਣੇ ਆ ਰਿਹਾ, ਅਤੇ ਇਹਨਾਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ 21 ਸਾਲ ਦੇ ਐਗਰੀਮੈਂਟ ਕਰ ਲਏ, ਅਤੇ ਉਹਨਾਂ ਨਾਲ ਇਸ ਤਰ੍ਹਾਂ ਦੇ ਕਲੋਜ਼ ਉਸ ਐਗਰੀਮੈਂਟ ਦੇ ਵਿੱਚ ਨੇ ਕਿ ਬਿਜਲੀ ਉਹਨਾਂ ਤੋਂ ਲਓ ਭਾਵੇਂ ਨਾ ਲਓ, ਉਹਨਾਂ ਨੂੰ 2800 ਕਰੋੜ ਰੁਪਇਆ ਸਾਲ ਦਾ ਦੇਣਾ ਹੀ ਪੈਣਾ, ਤਾਂ ਫਿਰ ਉਹ ਸੁਪਰੀਮ ਕੋਰਟ 'ਤੇ ਰਿਟ ਕਰਕੇ ਉਹ ਲੈ ਲੈਂਦੇ ਨੇ ਜੇ ਤੁਸੀਂ ਕੁਛ ਆਨਾ ਕਾਨੀ ਕਰੋਗੇ। ਸੋ ਜਾਣਾ ਤਾਂ ਲੋਕਾਂ ਦੀ ਜੇਬ 'ਚੋਂ ਹੀ ਹੈ। ਸੋ ਇਸ ਕਰਕੇ ਕੈਪਟਨ ਸੁਖਬੀਰ ਬਾਦਲ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਕੈਪਟਨ ਸਾਹਿਬ ਇਸ ਕੰਮ ਨੂੰ ਵਧਾ ਰਹੇ ਨੇ। ਮਾਨ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਅਤੇ ਸੁਖਬੀਰ ਸਿੰਘ ਬਾਦਲ ਮਹਿਕਮੇ ਨਾਲ ਮਿਲੇ ਹੋਏ ਨੇ ਅਤੇ ਲੋਕਾਂ ਦੀ ਜੇਬ 'ਤੇ ਬੋਝ ਪਾ ਰਹੇ ਨੇ ਅਤੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਇਸ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਹਨਾਂ ਸਮਝੌਤਿਆਂ ਨੂੰ ਰੱਦ ਕਰਨਾ ਚਾਹੀਦਾ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਸੋ ਪ੍ਰਾਈਵੇਟ ਸੈਕਟਰ ਬਿਜਲੀ ਵਾਲਿਆਂ ਨਾਲ ਕੈਪਟਨ ਸਾਹਿਬ ਸੁਖਬੀਰ ਬਾਦਲ ਮਿਲੇ ਹੋਏ ਨੇ ਅਤੇ ਲੋਕਾਂ ਦੀ ਜੇਬ 'ਤੇ ਹਰ ਰੋਜ਼ ਬਿਜਲੀ ਦੇ ਬਿੱਲ ਵਧਾ ਕੇ ਇਹ ਜਿਹੜਾ ਧੋਖਾ ਕਰ ਰਹੇ ਨੇ, ਪੰਜਾਬ ਦੇ ਲੋਕਾਂ 'ਤੇ ਬੋਝ ਪਾ ਰਹੇ ਨੇ। ਉਹਦੇ ਖਿਲਾਫ ਅਸੀਂ ਬਹੁਤ ਸਾਰੇ ਪਿੰਡਾਂ ਸ਼ਹਿਰਾਂ 'ਚ ਗਏ ਹਾਂ, ਕਨੈਕਸ਼ਨ ਵੀ ਜੋੜੇ ਨੇ, BPL ਦੇ ਬਿੱਲ ਜਿਹੜੇ ਨੇ ਵੋਟਾਂ ਤੋਂ ਪਹਿਲਾਂ ਮਾਫ਼ ਵੀ ਕਰਵਾਏ ਨੇ। ਅਸੀਂ ਕਹਿੰਦੇ ਹਾਂ ਇੱਕ ਕਮੇਟੀ ਬਣਾ ਕੇ ਇਹਨਾਂ ਬਿੱਲਾਂ 'ਤੇ ਰਿਵਾਈਜ਼ ਕੀਤਾ ਜਾਵੇ, ਉਹਨਾਂ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ, ਕੈਬਨਿਟ ਬੁਲਾ ਕੇ ਸਪੈਸ਼ਲ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ, ਅਤੇ ਤਾਂ ਕਿ ਲੋਕਾਂ ਦਾ ਜਿਹੜਾ ਰਾਹਤ ਮਿਲ ਸਕੇ ਲੋਕਾਂ ਨੂੰ, ਜੋ ਪੰਜਾਬ ਦੇ ਲੋਕ ਕੈਂਸਰ ਤੋਂ ਪੀੜਿਤ ਨੇ, ਰੇਤ ਮਾਫੀਆ ਤੋਂ ਪੀੜਿਤ ਨੇ, ਟਰਾਂਸਪੋਰਟ ਮਾਫੀਆ ਤੋਂ ਪੀੜਿਤ ਨੇ, ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਉਹਨਾਂ ਦੀ ਲੁੱਟ ਚੱਲ ਰਹੀ ਹੈ, ਅਤੇ ਬਿਜਲੀ ਦਾ ਜਿਹੜਾ ਬਿੱਲ ਨੇ ਉਹ ਘੱਟੋ ਘੱਟ ਉਹਨਾਂ ਨੂੰ ਰਾਹਤ ਵਾਲੇ ਆਉਣੇ ਚਾਹੀਦੇ। ਆਪ ਵਿਧਾਇਕਾਂ ਦੇ ਅਸਤੀਫੇ ਦੇ ਮਾਮਲੇ 'ਤੇ ਬੋਲਦਾ ਹੋਇਆ ਮਾਨ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਨੂੰ ਇਸ ਬਾਰੇ ਕਹਿ ਦਿੱਤਾ ਅਤੇ ਜਲਦ ਹੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ। ਅਸੀਂ ਤਾਂ ਕਿਹਾ ਕਿ ਸਪੀਕਰ ਇਸ ਤਰ੍ਹਾਂ ਕਿਉਂ ਕਰ ਰਿਹਾ ਕਿ ਫੂਲਕਾ ਸਾਹਿਬ ਦਾ ਅਸਤੀਫਾ ਮਨਜ਼ੂਰ ਕਰ ਲਿਆ, ਦੂਜਿਆਂ ਨੇ ਕਿਉਂ ਨਹੀਂ ਕੀਤਾ, ਜਦ ਕੋਈ ਆਪਣੀ ਪਾਰਟੀ ਬਣਾ ਕੇ ਦੋ ਤਾਂ ਲੜ ਵੀ ਚੁੱਕੇ ਨੇ ਇੱਕ ਹੋਰ ਚੋਣ ਨਿਸ਼ਾਨ 'ਤੇ। ਅਸੀਂ ਤਾਂ ਆਪਣੇ ਵੱਲੋਂ ਸਪੀਕਰ ਸਾਹਿਬ ਨੂੰ ਅਰਜ਼ੀ ਵੀ ਐਪਲੀਕੇਸ਼ਨ ਵੀ ਲਿਖ ਕੇ ਦਿੱਤੀ ਹੋਈ ਹੈ ਕਿ ਤੁਸੀਂ ਮਨਜ਼ੂਰ ਕਰੋ ਉਹਨਾਂ ਦੇ ਅਸਤੀਫੇ ਅਤੇ ਦੁਬਾਰਾ ਕਰਾਓ ਉੱਥੇ ਇਲੈਕਸ਼ਨ। ਸਾਨੂੰ ਤਾਂ ਸਾਡੇ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ, ਜਿਹਦੇ ਜਿਹੜੇ ਬਾਗੀ ਹੋਈ ਹੋਗੇ ਸਾਡੇ ਵੱਲੋਂ। ਪੰਜਾਬ 'ਚ ਆਏ ਹੜ੍ਹਾਂ 'ਤੇ ਮਾਨ ਨੇ ਕਿਹਾ ਹੈ ਕਿ ਪਾਰਟੀ ਨੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਹਰ ਸਾਲ ਹੜ੍ਹ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪ੍ਰਬੰਧ ਕੀਤੇ ਜਾਣ, ਪਰ ਪੰਜਾਬ ਸਰਕਾਰ ਨੇ ਇਸ ਗੱਲ 'ਤੇ ਕੋਈ ਧਿਆਨ ਨਹੀਂ ਦਿੱਤਾ, ਜਿਸ ਦੇ ਚੱਲਦੇ ਹੋਏ ਇੰਨਾ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ। ਮੈਂ ਤਾਂ ਆਪਣੇ DC ਨੂੰ ਅੱਜ ਤੋਂ 8 ਮਹੀਨੇ ਪਹਿਲਾਂ ਜਿਹੜੀ ਅਸੀਂ ਸਾਰੇ ਅਫਸਰਾਂ ਦੀ ਮੀਟਿੰਗ ਲੈਂਦੇ ਹੁੰਦੇ ਹਾਂ 3 ਮਹੀਨੇ ਬਾਅਦ, ਦਿਸ਼ਾ ਕਹਿੰਦੇ ਨੇ ਉਹਨੂੰ, ਦਿਸ਼ਾ ਦੀ ਮੀਟਿੰਗ ਲਈ ਸੀ, ਮੈਂ ਉਹਦੇ ਵਿੱਚ 8 ਮਹੀਨੇ ਪਹਿਲਾਂ ਕਿਹਾ ਸੀ ਕਿ ਘੱਗਰ ਨੇ ਆਉਣੀ ਆਉਣਾ ਜੀ, ਹਰ ਮੌਨਸੂਨ 'ਚ ਘੱਗਰ ਚੜ੍ਹਦਾ, ਤੁਸੀਂ ਹੁਣੇ ਤੋਂ ਸਫਾਈ ਉਹਦੀ ਸ਼ੁਰੂ ਕਰਾ ਦਿਓ, ਪਰ ਉਹੀ ਗੱਲ ਹੈ ਫੰਡ ਹੈ ਨਹੀਂ ਕਹਿੰਦੇ ਜੀ। ਸੋ ਸਰਕਾਰਾਂ ਜਿਹੜੀਆਂ ਨੇ ਉਹ ਵਾਅਦੇ ਕਰ ਲੈਂਦੀਆਂ ਨੇ ਵੱਡੇ ਵੱਡੇ, ਘਰ ਘਰ ਨੌਕਰੀ ਦੇ, ਸਮਾਰਟ ਫੋਨਾਂ ਦੇ, 2500 ਰੁਪਏ ਬੁਢਾਪਾ ਪੈਨਸ਼ਨ ਦੇ, ਮਤਲਬ ਹਰ ਇੱਕ ਵੱਡੇ ਵੱਡੇ ਵਾਅਦੇ ਕਰਕੇ ਅੱਜ ਜਦੋਂ ਉਹਨਾਂ ਤੋਂ ਕੋਈ ਕੁਛ ਮੰਗੋਗੇ ਕਹਿੰਦੇ ਫੰਡ ਹੈ ਨਹੀਂ। ਸੋ ਮੈਂ ਤਾਂ MP ਲੈਡ ਨਾਲ 2 ਜ਼ਿਲ੍ਹੇ ਚਲਾ ਰਿਹਾ, ਸੰਗਰੂਰ ਅਤੇ ਬਰਨਾਲਾ, ਠੀਕ ਹੈ ਨਾ, ਪਰ MP ਲੈਡ 'ਚ 5 ਕਰੋੜ ਰੁਪਏ, ਉਹਦੇ ਨਾਲ ਕੀ ਕਰ ਲਓਗੇ ਤੁਸੀਂ? ਪੰਜਾਬ 'ਚ ਆਏ ਹੜ੍ਹਾਂ 'ਤੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਵੀ ਸੂਬਾ ਸਰਕਾਰ ਨੂੰ ਘੇਰਿਆ।
ਹਵਾਈ ਜਹਾਜ਼ ਦੌਰੇ ਨਹੀਂ ਹੋਣੇ ਚਾਹੀਦੇ, ਦੌਰੇ ਜਿਹੜੇ ਹੈਗੇ ਨੇ ਥੱਲੇ ਸੜਕਾਂ ਤੇ ਹੋਣੇ ਚਾਹੀਦੇ, ਜਿਹੜੇ ਹੈਗੇ ਨੇ ਹਵਾਈ ਦੌਰਿਆਂ ਦਾ ਕੋਈ ਫਾਇਦਾ ਨਹੀਂ ਹੋਣਾ, ਹਵਾਈ ਸਰਵੇ ਨਹੀਂ ਹੋਣੇ ਚਾਹੀਦੇ, ਦੌਰੇ ਜਿਹੜੇ ਹੈਗੇ ਥੱਲੇ ਹੋਣੇ ਚਾਹੀਦੇ। ਚੜਾਵਾ ਚੜਦਾ ਹੈ ਲੇਕਿਨ ਹੁਣ ਕਿਉਂ ਨਹੀਂ ਅੱਗੇ ਆ ਰਹੀ ਜੀ ਲੋਕਾਂ ਨੂੰ ਰਾਸ਼ਨ ਪਹੁੰਚਾਉਣ? ਦੇਖੋ IGPC ਜਿਹੜੀ ਹੈਗੀ ਮੈਂ ਸਮਝਦਾ ਬਾਦਲ ਪਰਿਵਾਰ ਦੀ ਨਿੱਜੀ ਇੱਕ ਤਾਂ ਜਗੀਰ ਬਣ ਚੁੱਕੀ ਆ, ਬਾਦਲ ਪਰਿਵਾਰ ਦਾ ਕਰਜ਼ਾ ਹੈਗਾ, ਬਾਦਲ ਪਰਿਵਾਰ ਜਿਵੇਂ ਚਾਹੁੰਦਾ ਉਵੇਂ ਹੁੰਦਾ ਹੈਗਾ। ਸੋ ਜਦ ਤੱਕ ਜਿਹੜੀ ਹੈਗਾ IGPC ਦੇ ਉੱਤੇ ਆਮ ਲੋਕਾਂ ਦਾ, ਆਮ ਲੋਕ ਦੇ ਕਾਬਜ਼ ਨਹੀਂ ਹੁੰਦੇ, ਆਮ ਲੋਕ ਪ੍ਰਧਾਨ ਨਹੀਂ ਬਣਦੇ, ਉਦੋਂ ਤੱਕ ਜਿਹੜੀ ਹੈ ਸਿੱਖਾਂ ਦੀ ਸਰਮੋਰ ਜਿਹੜੀ ਸੰਸਥਾ ਉਹਦਾ ਸੁਧਾਰ ਨਹੀਂ ਹੋ ਸਕਦਾ। ਕਾਲੀ ਜਿਹੜੇ ਹੈਗੇ ਨੇ ਦੌਰੇ ਸ਼ੁਰੂ ਕਰਦੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਸੁਖਬੀਰ ਬਾਦਲ ਹੈ, ਪਾਣੀ ਹੜਾਂ ਦੇ ਕਰਕੇ ਦੇਖੀ ਜਿਹੜੇ ਹੜਨ ਹੈਗੇ ਤਾਂ ਆਉਂਦੇ ਨੇ, ਜੇਕਰ ਪਹਿਲਾਂ ਨਦੀਆਂ ਨਾਲੇ ਸਾਫ਼ ਨਹੀਂ ਹੁੰਦੇ ਹੈਗੇ, ਜੇਕਰ ਇਹੀ 100 ਕਰੋੜ ਦੀ ਗੱਲ ਜੇ 50 ਕਰੋੜ ਹੁੰਦੇ ਜਾਂ 60 ਕਰੋੜ ਪਹਿਲਾਂ ਹੀ ਰੱਖੇ ਹੁੰਦੇ, ਪਹਿਲਾਂ ਹੀ ਨਦੀਆਂ ਨਾਲੇ ਸਾਫ਼ ਹੁੰਦੇ, ਜਿਹੜੇ ਪਹਿਲਾਂ ਬਣੇ ਹੋਏ ਨੇਗੇ, ਜਿਹੜੇ ਬਰਸਾਤੀ ਨਾਲੇ ਬਣੇ ਚੌੜੇ ਹੁੰਦੇ ਸਾਫ਼ ਹੁੰਦੇ, ਤਾਂ ਇਹ ਹੜਨ ਨਹੀਂ ਆਉਣੇ ਸੀਗੇ। ਸੋ ਮੈਂ ਸਮਝਦਾ ਪ੍ਰਸ਼ਾਸਨ ਜਿਹੜਾ ਹੈਗਾ ਜਾਣ ਬੁੱਝ ਕੇ ਇਸ ਤਰ੍ਹਾਂ ਪੈਦਾ ਕਰਦਾ ਹਾਲਾਤ, ਇਹ ਪਾਣੀ ਸਾਂਭਿਆ ਜਾ ਸਕਦਾ ਗਾ, ਇਹ ਪਾਣੀ ਸਾਂਭਣਾ ਚਾਹੀਦਾ, ਪਰ ਲੇਕਿਨ ਜਿਹੜੇ ਹਵਾਈ ਦੌਰੇ ਨੇ ਜੇ ਕਰ ਰਹੇ ਨੇਗੇ ਸਿਰਫ ਆਈ ਵਾਸ਼ ਆ, ਇਹ ਲੋਕਾਂ ਨਾਲ ਧੋਖਾ ਗਾ। ਸਰ ਪਟਿਆਲੇ ਜਿਹੜਾ ਸਾਨੂੰ ਜਿਸ ਤਰ੍ਹਾਂ ਮਾਨ ਸਾਹਿਬ ਨੂੰ ਸਵਾਲ ਕੀਤਾ ਸੀ, ਸਰਕਾਰੀ ਇੱਕ ਸ਼ੈਲਟਰ ਹੋਮ ਸੀ ਉਹ ਬੱਚਿਆਂ ਦੀ ਮਾਰਕੁੱਟ ਦਾ ਮਾਮਲਾ, ਦੇਖੋ ਜਿਹੜਾ ਬੱਚਿਆਂ ਦੀ ਮਾਰਕੁੱਟ ਦਾ ਮਾਮਲਾ ਤੁਸੀਂ ਸਾਹਮਣੇ ਲਿਆਂਦਾ ਗਾ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰੂੰ ਜਿਹੜੇ ਅਧਿਕਾਰੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖ਼ਤ ਐਕਸ਼ਨ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਮਹਿੰਗੀ ਬਿਜਲੀ ਦੇ ਨਾਲ ਆਮ ਲੋਕਾਂ ਦੀ ਹੋ ਰਹੀ ਲੁੱਟ ਨੂੰ ਬੰਦ ਕਰਨ ਦੀ ਮੰਗ ਰੱਖੀ ਹੈ। ਅਜੇ 'ਚ ਸੂਬਾ ਸਰਕਾਰ ਕੀ ਰੁੱਖ ਅਖਤਿਆਰ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ, ਗਲੋਬਲ ਪੰਜਾਬ TV।